ਐਡਾ ਸੋਹਣਾ ਹੈ ਤੇ ਕਿੰਨਾ ਵਧੀਆ ਇਥੇ ਨਜ਼ਾਰਾ ਹੈ। ਉਹ ਠੀਕ ਹੈ, ਕੇਰਲਾ ਚ ਘੁੰਮ ਰਹੇ ਆ, ਇਹ ਸੱਤੀ ਲੈਣ ਗਏ ਕਿ ਕੀ ਲੈਣ ਗਏ ਦੱਸੋ ਪਹਿਲਾਂ। ਓਏ ਉਹਨੂੰ ਇੰਗਲਿਸ਼ ਨਹੀਂ ਸਮਝ ਆਉਂਦੀ, ਉਹਨੂੰ ਇੰਗਲਿਸ਼ ਹੀ ਨਹੀਂ। ਫੇਰ ਛੱਡਿਆ ਆਪਣਾ ਸਮਾਨ, ਫੇਰ ਛੱਡਿਆ ਸ਼ਾਪਿੰਗ ਕਰਨ। ਲੋ ਵੀ ਮੁੰਡੇ ਆਪਣੇ ਉੱਠ ਗਏ ਨੇ, ਰੈਡੀ ਹੋ ਗਏ ਨੇ ਸਾਰੇ ਤੇ ਤਿਆਰ ਸ਼ਾਰ ਹੋ ਗਏ ਨੇ, ਕਿਉਂਕਿ ਬਿਮਾਰ ਸੀਗੇ। ਹੁਣ ਬਹੁਤ ਸਾਰਾ ਸੈੱਟ ਆ, ਪਰ ਤੁਹਾਨੂੰ ਵਿਊ ਵਿਖਾਉਣਾ ਚਾਹੁੰਦਾ ਮੈਂ ਆਪਣੇ ਹੋਟਲ 'ਚੋਂ, ਤੇ ਜਿਹੜਾ ਕਿ ਬਹੁਤ ਹੀ ਸੋਹਣਾ ਹੈ। ਤੁਸੀਂ ਚੈੱਕ ਕਰੋ, ਚਾਹ ਪੱਤੀ ਦੇ ਬਾਗ ਸਾਰੇ ਦੇ ਬੱਦਲ ਉੱਥੋਂ ਦੀ ਕ੍ਰੋਸ ਕਰ ਰਹੇ ਨੇ, ਤੇ ਇਹ ਇੱਕ ਖੜਕਾ ਕਰ ਰਿਹਾ ਬਾਈ ਥੋੜ੍ਹਾ ਜਿਹਾ, ਬਟ ਅਦਰਵਾਈਜ਼ ਇਹ ਬਹੁਤ ਹੀ ਸੋਹਣਾ ਵਿਊ ਆ ਸਾਡੇ ਰੂਮ ਦੇ ਵਿੱਚੋਂ। ਤੁਸੀਂ ਇਮੈਜਿਨ ਹੀ ਕਰ ਲਓ ਵੀ ਕਿੱਡਾ ਸੋਹਣਾ ਹੈ ਅਤੇ ਕਿੰਨਾ ਵਧੀਆ ਇੱਥੇ ਨਜ਼ਾਰਾ ਹੈ। ਉਹ ਚਾਹ ਪੱਤੀ ਤੋੜਨ ਡਏ ਨੇ ਉਹ ਥੱਲੇ, ਠੀਕ ਹੈ, ਅਤੇ ਬਟ ਇੱਥੋਂ ਬਹੁਤ ਹੀ ਸੋਹਣਾ ਵਿਊ ਹੈ। ਅਤੇ ਆਪਣੀ ਗੱਡੀ ਲੱਗੀ ਹੋਈ ਸੀਗੀ ਇਹ, ਠੀਕ ਹੈ, ਉੱਪਰੋਂ ਰੂਮ ਤੋਂ ਦਿਖ ਰਹੀ ਸੀ। ਅਤੇ ਫਿਲਹਾਲ ਹੁਣ ਆਪਾਂ ਇੱਥੋਂ ਨਿਕਲਾਂਗੇ ਦੂਜੇ ਪ੍ਰੋਪਰਟੀ ਲਈ, ਕਿਉਂਕਿ ਆਪਾਂ ਜਾ ਰਹੇ ਹਾਂ ਠੇਕੜੇ, ਠੀਕ ਹੈ। 3 ਘੰਟੇ ਦੀ ਡਰਾਈਵ ਹੈ ਇੱਥੋਂ ਸਾਰੀ, ਉਹ ਵੀ ਬਹੁਤ ਸੋਹਣੀ ਪ੍ਰੋਪਰਟੀ ਹੈ, ਇਹ ਵੀ ਬਹੁਤ ਸੋਹਣੀ ਸੀਗੀ ਅਤੇ ਬਹੁਤ ਇੰਜੋਏ ਕੀਤਾ। ਕੱਲ੍ਹ ਸਾਰਾ ਦਿਨ ਮੀਂਹ ਪੈਂਦਾ ਰਿਹਾ, ਸਾਰਾ ਦਿਨ ਹੀ ਨਹੀਂ ਹਟਿਆ, ਬੱਦਲ ਹੀ ਰਹੇ, ਅਤੇ ਆਪਾਂ ਫਿਰ ਗਏ ਨਹੀਂ ਕਿਤੇ ਘੁੰਮਣ। ਰੂਮ 'ਚ ਇੰਜੋਏ ਕੀਤਾ, ਨਾਲੇ ਰੈਸਟ ਕੀਤੀ। ਹੁਣ ਸਿਹਤ ਥੋੜ੍ਹੀ ਜਿਹੀ ਠੀਕ ਹੈ, ਆਲਮੋਸਟ ਜ਼ੁਕਾਮ ਰਹਿ ਗਿਆ, ਗਲਾ ਪੀਟ ਕਰਨ ਨੂੰ ਹਟ ਗਿਆ, ਅਤੇ ਬਹੁਤ ਹੀ ਵਧੀਆ। ਅਤੇ ਹੁਣ ਨਿਕਲਾਂਗੇ ਇੱਥੋਂ, ਪਰ ਵਿਊ ਜਿਹੜਾ ਨਾ ਬਾਈ ਨੈਕਸਟ ਲੈਵਲ ਆ, ਤੁਸੀਂ ਦੇਖ ਸਕਦੇ ਹੋ ਉੱਥੋਂ। ਇਹ ਇੱਥੇ ਰੋਜ਼ ਹੀ ਖਾਂਦੇ ਆ ਸਵੇਰੇ ਸਵੇਰੇ ਮੇਰੇ ਹਿਸਾਬ ਨਾਲ, ਨਾ ਪੱਟੂ ਪੱਟੂ ਅਤੇ ਪੂੜੀਆਂ ਅਤੇ ਸਬਜ਼ੀਆਂ ਇਹਨਾਂ ਦੀਆਂ ਮਿਕਸ ਜਿਹੀਆਂ ਹੀ ਆ ਬਾਈ। ਇਹਨਾਂ ਕੋਲ ਇੱਧਰ ਵੀ ਸਾਈਡ 'ਤੇ ਵੀ ਰੂਮਸ ਵਗੈਰਾ ਅਵੇਲੇਬਲ ਨੇ ਸਾਰੇ, ਅਤੇ ਇਹ ਇਹਨਾਂ ਦੀ ਪ੍ਰੋਪਰਟੀ ਆ ਸਾਰੀ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਬਣੀ ਹੋਈ ਹੈ। ਇਹ ਬਾਈ ਆਪਣੀ ਗੱਡੀ, ਠੀਕ ਹੈ, ਅਤੇ ਆਪਾਂ ਪਹੁੰਚ ਚੁੱਕੇ ਸੀਗੇ ਕੋਚੀ, ਠੀਕ ਹੈ, ਕੇਰਲਾ 'ਚ ਘੁੰਮ ਰਹੇ ਹਾਂ। ਸਾਡਾ ਸਾਰਾ ਰੂਟ ਮੈਪ ਹੈ, ਕੱਲ੍ਹ ਨੂੰ ਆਪਾਂ ਕੰਨਿਆਕੁਮਾਰੀ ਲੱਗ ਜਾਵਾਂਗੇ ਬਾਈ ਐਂਡ 'ਤੇ, ਠੀਕ ਹੈ ਜੀ। ਹੁਣ ਆਪਾਂ ਸਮਾਨ ਵਗੈਰਾ ਰੱਖ ਲਈਏ, ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਮੀਂਹ ਬਹੁਤ ਹੀ ਪਿਆ ਰਾਤ ਵੀ, ਅਤੇ ਬੱਦਲ ਅਜੇ ਵੀ ਬਹੁਤ ਜ਼ਿਆਦਾ ਆ, ਅਤੇ ਇਹ ਸਾਰੀ ਪ੍ਰੋਪਰਟੀ ਸੀ ਜਿੱਥੇ ਅਸੀਂ ਰੁਕੇ ਸੀਗੇ। ਪਤਾ ਨਹੀਂ ਕਿਉਂ ਮੈਨੂੰ ਸੀਟ 'ਤੇ ਬਹਿ ਕੇ ਐਡੀ ਵਧੀਆ ਫੀਲਿੰਗ ਆਉਂਦੀ ਹੈ ਨਾ ਇੱਥੇ ਡਰਾਈਵਿੰਗ ਸੀਟ 'ਤੇ ਬਹਿ ਕੇ, ਕਿ ਗੱਲ ਹੀ ਨਹੀਂ ਕਰਨ ਵਾਲੀ, ਮੈਂ ਇੱਕਦਮ ਰੀਫਰੈਸ਼ ਹੋ ਜਾਂਦਾ। ਇਹ ਸ਼ਾਇਦ ਮੈਨੂੰ ਡਰਾਈਵਿੰਗ ਜ਼ਿਆਦਾ ਪਸੰਦ ਹੈ, ਟਰੈਵਲ ਕਰਨਾ ਪਸੰਦ ਹੈ, ਤਾਂ ਕਰਕੇ ਇੱਦਾਂ ਵੀ ਮੈਨੂੰ ਸਟੇਅਰਿੰਗ 'ਤੇ ਬਹਿ ਕੇ ਤਾਂ ਐਂ ਫੀਲਿੰਗ ਆਉਂਦੀ ਤਾਂ ਜਹਾਜ਼ ਡਾਉਣ ਲੱਗਿਆ, ਅਤੇ ਉਹ ਹਾਲ ਹੈ। ਪਰ ਬਹੁਤ ਹੀ ਵਧੀਆ, ਅਤੇ ਚੈੱਕਆਊਟ ਕਰ ਦਿਓ। ਅਤੇ ਬਾਕੀ ਇਹ ਹੈ ਵੀ ਹੁਣ ਆਪਾਂ ਥੇਕੜੇ ਚੱਲਾਂਗੇ, ਇੱਥੋਂ 3-3.5 ਘੰਟੇ ਦੀ ਰਾਈਡ ਹੈ। ਕੱਲ੍ਹ ਨੂੰ LP ਚੱਲਾਂਗੇ, ਪਰਸੋਂ ਨੂੰ ਫਿਰ ਆਪਾਂ ਚੱਲਾਂਗੇ ਕੰਨਿਆਕੁਮਾਰੀ, ਅਤੇ ਇਸ ਕਰਕੇ ਬਹੁਤ ਹੀ ਵਧੀਆ ਟ੍ਰਿਪ ਚੱਲ ਰਿਹਾ। ਬਿਮਾਰ ਹੋ ਗਏ ਸੀਗੇ ਉਹਦੇ ਕਰਕੇ ਥੋੜ੍ਹੀ ਜਿਹੀ ਆਵਾਜ਼ ਖਰਾਬ ਹੈ। ਉਹਦੀਆਂ ਪ੍ਰੋਪਰਟੀਜ਼ ਤੁਸੀਂ ਚਾਹੁੰਦੇ ਹੋ ਰਹਿਣ ਵਾਸਤੇ, ਤੁਹਾਡੇ ਬਜਟ ਦੇ ਹਿਸਾਬ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵਕੇਸ਼ਨ ਕਲੱਬ ਨੂੰ। ਵਕੇਸ਼ਨ ਕਲੱਬ ਇੱਕ ਟਰੈਵਲ ਏਜੰਸੀ ਹੈਗੀ ਹੈ ਜਿਹੜੀ ਕਿ ਤੁਹਾਨੂੰ ਇੰਟਰਨੈਸ਼ਨਲ ਅਤੇ ਨੈਸ਼ਨਲ ਲੈਵਲ ਸਾਰੇ ਹੀ ਹੋਟਲ ਬੁਕਿੰਗ, ਫਲਾਈਟ ਬੁਕਿੰਗ, ਸਾਰਾ ਕੁਝ, ਟ੍ਰਿਪ ਵਗੈਰਾ ਤੁਹਾਡੇ ਹਿਸਾਬ ਨਾਲ ਹੀ ਉਹ ਅਰੇਂਜ ਕਰਕੇ ਤੁਹਾਨੂੰ ਦੇ ਸਕਦੇ ਆ, ਠੀਕ ਹੈ। ਅਤੇ ਥੱਲੇ ਮੈਂ ਨੰਬਰ ਵੀ ਚਲਾਇਆ ਹੋਇਆ ਅਤੇ ਇੰਸਟਾਗ੍ਰਾਮ ID ਮੈਂਸ਼ਨ ਕੀਤੀ ਹੋਈ, ਤੁਸੀਂ ਉੱਥੇ ਉਹਨਾਂ ਨੂੰ ਕੰਟੈਕਟ ਕਰ ਲਿਓ। ਹੁਣ ਅੱਜ ਜਿਹੜੀ ਪ੍ਰੋਪਰਟੀ 'ਚ ਅੱਗੇ ਚੱਲੇ ਉਹ ਵੀ ਉਹਨਾਂ ਨੇ ਹੀ ਸਾਨੂੰ ਦਿੱਤੀ ਹੋਈ ਹੈ, ਇਸ ਕਰਕੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਬਹੁਤ ਸੋਹਣੀਆਂ ਪ੍ਰੋਪਰਟੀਜ਼ ਨੇ ਇਹਨਾਂ ਕੋਲ ਬਾਈ ਜੀ, ਮਤਲਬ ਨਾ ਇੰਨਾ ਸੋਹਣਾ ਆ, ਪਰ ਆਇਓ ਨਵੰਬਰ ਦਸੰਬਰ ਅਤੇ ਜਨਵਰੀ ਅਤੇ ਫਰਵਰੀ, ਉਦੋਂ ਬਹੁਤ ਸੋਹਣਾ ਹੁੰਦਾ ਕਹਿੰਦੇ ਵੈਦਰ ਇੱਥੇ, ਅਤੇ ਬਟ ਹੁਣ ਤਾਂ ਫਿਰ ਆਹ ਬਰਸਾਤਾਂ ਬਰਸੂਤਾਂ ਜਿਹੇ ਦੇ ਕਾਰਨ ਇੱਦਾਂ ਦਾ ਹੀ ਹੈ। ਅਤੇ ਬਟ ਇਹ ਬਹੁਤ ਹੀ ਵਧੀਆ ਵਿਊਜ਼ ਨੇ, ਅਤੇ ਇਹ ਰੀਫਰੈਸ਼ ਕਰ ਦਿੰਦੇ ਆ ਤੁਹਾਨੂੰ। ਇਹ ਬਾਈ ਸਾਡੇ ਹੋਟਲ ਦਾ ਵਿਊ ਆਉਂਦਾ ਦੂਰੋਂ, ਬਹੁਤ ਹੀ ਸੋਹਣੀ ਜਗ੍ਹਾ ਦੇ ਉੱਤੇ ਬਣਿਆ ਹੋਇਆ। ਉਹਦੇ ਵਰਗੀ ਫਿਲਮ ਬਾਅਦ 'ਚ ਨਹੀਂ ਬਣੀ। ਕਿਹਦੇ ਵਰਗੀ? ਮਦਰਾਸ ਕਰਕੇ, ਮਦਰਾਸ ਕਰਕੇ ਸਾਰੇ ਲਾਈਕ ਲੈਚੀ ਲੱਗੀ ਹੋਈ ਵਾਲੇ ਆ ਦਰਖਤ ਨੇ ਸਾਰੇ ਹੀ, ਇਹ ਬਾਗ ਉਹਦਾ ਆ ਹੁਣ ਇੱਥੇ ਲੈਚੀ। ਅਸੀਂ ਕੱਲ੍ਹ ਵਾਲੇ ਬਲੌਗ 'ਚ ਬੜਾ ਵਧੀਆ ਐਕਸਪਲੇਨ ਕੀਤਾ ਹੋਇਆ, ਇੱਦਾਂ ਦੀਆਂ ਜੀਪਾਂ ਆਮ ਹੀ ਮਿਲ ਜਾਣਗੀਆਂ ਇੱਥੇ, ਕਿਉਂਕਿ ਇਹ ਟਰੈਵਲ ਵਗੈਰਾ ਤੁਹਾਨੂੰ ਕਰਾਉਂਦੇ ਆ ਜੀਪਾਂ 'ਚ, ਅਤੇ ਨਾਲੇ ਤੁਹਾਨੂੰ ਸਾਈਟ ਸੀਨਿੰਗ ਕਰਾਉਂਦੇ ਆ, ਗਾਈਡ ਵਗੈਰਾ ਮਿਲ ਜਾਂਦੇ ਆ ਜੇ ਤੁਸੀਂ ਬੱਸੇ ਵਗੈਰਾ ਵੀ ਆ ਰਹੇ ਹੋ। ਬਾਈ ਇੱਥੇ ਬਹੁਤ ਸਾਰੀ ਲਾਈਕ ਇਲਾਇਚੀ ਲੱਗੀ ਹੋਈ ਹੈ, ਵੈਸੇ ਸਮੈਲ ਵੀ ਬਹੁਤ ਹੀ ਜ਼ਬਰਦਸਤ ਆਉਂਦੀ ਹੈ। ਪਿੰਡ ਬੜੇ ਵਧੀਆ ਨੇ, ਸ਼ਾਂਤ ਜਿਹੇ ਨੇ, ਪਰ ਗ੍ਰੀਨਰੀ ਬਹੁਤ ਹੀ ਜ਼ਿਆਦਾ ਹੈ। ਲੋ ਵੀ ਹਾਈਵੇ ਆ ਗਿਆ, ਅਤੇ ਹਾਈਵੇ 'ਤੇ ਚੜ੍ਹ ਕੇ ਤਾਂ ਮਜ਼ਾ ਹੀ ਆ ਜਾਂਦਾ ਇੱਥੇ, ਕਿਉਂਕਿ ਬਹੁਤ ਹੀ ਸੋਹਣਾ ਹਾਈਵੇ ਬਣਿਆ ਹੋਇਆ ਇਹ। ਤਾਂ ਇੱਦਾਂ ਦੇ ਵਿਊ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੇ ਇੱਥੇ ਬਾਈ, ਬਹੁਤ ਹੀ ਸੋਹਣੇ ਸੋਹਣੇ। ਪਰ ਇਹ ਤੇ ਦਰਖਤ ਨੇ, ਦਰਖਤਾਂ ਤੋਂ ਬਿਨਾਂ ਵਾਲੇ ਦੇਖਣਾ, ਅਤੇ ਐਕਚੁਅਲ ਕੱਲ੍ਹ ਵਾਲਾ ਸਾਡਾ ਵਲੋਗ ਦੇਖਿਓ। ਪੱਤੀ ਲੈਣ ਗਏ ਕਿ ਕੀ ਲੈਣ ਗਏ ਦੱਸੋ ਪਹਿਲਾਂ। ਹਿੰਦੀ ਆਉਂਦੀ? ਕੁਛ ਵੀ ਨਹੀਂ ਆਉਂਦੀ ਸੀ ਉਹਨੂੰ। ਤੇ ਫੇਰ ਲਿਆਓ, ਕੀ ਲਿਆਇਓ ਫੇਰ, ਕਿੱਦਾਂ ਲੱਭ ਕੇ ਲਿਆਇਆ? ਇਹਦਾ ਮੱਥਾ ਮੁੱਥਾ ਮਾਰਿਆ ਉਹਦੇ ਨਾਲ। ਤੇ ਪੱਤੀ ਕਹਿਣਾ ਦੇ ਦੇ ਬਸ, ਵੇਖ ਕੇ ਸ਼ਕਲ ਜੀ। ਪੱਤੀ ਵੀ ਉਹ ਕੋਈ 36 ਤਰ੍ਹਾਂ ਦੀ ਸੀਗੀ ਨਾ। ਹਾਂ, ਮਸਾਲੇ ਦਾ ਕਿੰਨੇ ਹੈਗੇ ਫਲੇਵਰ? ਹਾਂ, ਕੋਈ ਜਿੰਜਰ ਫਲੇਵਰ, ਕੋਈ ਲੈਮਨ ਫਲੇਵਰ, ਡਿਫਰੈਂਟ ਡਿਫਰੈਂਟ ਫਲੇਵਰ, ਵਨੀਲਾ। ਇਹ ਕਿਹੜਾ? ਅੱਛਾ, ਇਹ ਪਲੇਨ ਹੈ, ਇਹ ਪਲੇਨ ਪੱਤੀ ਹੈ। ਇਫ ਉਹਦਾ, ਅੱਛਾ, ਬੜੇ ਚਵਲ ਉਹਦੇ। ਮੈਂ ਚਲੋ, ਸ਼ੁਕਰ ਆ ਵੀ ਪੱਤੀ ਲੱਭ ਲਿਆ ਇਹਨੇ ਬੰਦੇ ਸਾਡੇ। ਮੈਨੂੰ ਲੱਗਾ ਇਹ ਨਹੀਂ ਲਿਆਉਂਦੇ, ਚਿਪਸ ਮਿਲੇ ਨਾ ਆਪਾਂ ਨੂੰ। ਅੱਛਾ, ਮੈਨੂੰ ਵੀ ਉਹ ਲੱਗਾ ਮੈਂ ਤੋੜਨ ਚੱਲ ਗਏ।
दवाई लैन गया मैं भी उदन भी बड़ा रट्टा पिया ही ते बट चलो फिर भी सर गया बंदे साडा क्योंकि कहिंदे लोकल पत्ती जरूर लैके जाने क्योंकि घरों शतरौल बड़ी होनी है तो उदा घूम फिर के आ गए पत्ती कुछ नहीं लैके लैके आया लो भी दोस्तों ठेकड़े का बोर्ड आ गया 68 किलोमीटर आप उत्थे जाना हुण ते बहुत ही सोहना व्यू दे नाल जा रहे हैं बरसात हो रही है जंगल दे विचों निकल के जा रहे हैं इधर भी तुसी व्यू देख रखते हो सारा सारा अगे ही वेखो वैसे ज्यादा वधिया है लो भी दोस्तों आप पहुंच गए ऑलमोस्ट ते ये ठेकड़े हैगा जगह का नाम वैसे ते बट ये बाजार है थोड़ा बहुत इन्हां दा इत्थे छोटा जिहा काफी वधिया सफर रहा काफी वधिया व्यू सीगे साइड सीनिंग सी जंगल एरिया सीगा ते हाँ तुसीं इत्थों लै भी सकदे हो लाइक मसाले वगैरह सारा कुछ ते फिलहाल हुण इत्थे चैक इन करांगे होटल भाई ये इत्थे सारा लाया होया भी की इत्थे खास है की चीज़ां हैगियां ने की घूम सकदे हो की सारा सैटअप हैगा इत्थे दरख्त है अंजीर का दरख्त है पंजाबी का दिना बहुत ही वधिया पहले लगी वेखिया मैं इदा भाई मीह आना नहीं टंडिया इतने भी ठीक है मीह बहुत ज्यादा इन्होंने दिनों नहीं आना चाहिए कल भी साडा सारा दिन मीह ने खराब करता नवंबर दसंबर जनवरी फरवरी च आओ केरला जी ने आना बट फिलहाल हम लंच करते हैं इतने फिर बाद बाजार घूमन चलेंगे तो जो लागले दुआले हो घूमन वाला जरूर घुमावे पर आयो जरूर नवंबर दसंबर के जनवरी फरवरी च पहला आयो रेस्टोरेंट चेक करो लाइट बंद है भाई गला दस भाई दस्यो आ शर्ट के उत्ते पसीना लगा लगन डिया कि जा उदा ही दस आ बंदे गवाह ने मेरे को आ जा कोई गल नहीं कि दस दे आ जा शो भी होंगे पाँच तो छे तो सत्त तो अठ डेली होंगे तो असं पहुँच गए भी मेन बाजार के सारा मेन बाजार है हम इन इदा का इतने भाई ये स्पाइसिस वगैरह दुकाना बहुत ज्यादा ने मतलब थोड़ा इतने मसाले मसूले ज काफ़ी मिल जाएंगे इन्ने एक मसाले हैं भी गल ही नहीं करना क्योंकि मसालों की यह हाबा तुम देख सकते हो सारे मसाले पे हुए हैं किड़े किड़े है आप नहीं पता पर सारे मसाले दुकाना इतने इदा पैक वगैरह भी मिल जाते हैं तो सारे मसाले ही है इन्हों को इतने देख सकते तेल वगैरह भी वो बनाते हैं तो बहुत ही ज़्यादा क्वांटिटी है भाई इतने केलिया के चिप्स बहुत ज़्यादा खाते हो मशीन लाई हुई आने देखो केलिया ढेर लाया हुआ छिल के वे छिटी आता मशीन टुकड़े कर सीधे कड़ाही इतने ये काम बड़ा दोस्तों बंदे साढ़े घूम फिर के आ गए तो आप हूँ फिर दोबारा डिनर करने लिए आ चले हैं तो डिनर डुनर करके करा रेस्ट कोई गया जाया कि फिर नहीं गया तो कितों फिर के आए वो ਉਹਨੂੰ ਐਡਾ ਝੋਲਾ ਚੁਕਾ ਲਿਆ ਹੋ ਫਿਰ ਕੀ ਹੋਇਆ ਫਿਰ ਛੱਡਿਆ ਆਪਣਾ ਸਮਾਨ ਫੇਰ ਛੱਡਿਆ ਸ਼ਾਪਿੰਗ ਵਾਲਾ ਆਪਾਂ ਡੱਲੋ ਫਾਪਾ ਦੁਬਾਰਾ ਆਪਾਂ ਲੈਣ ਗਏ ਮੁੜ ਕੇ ਜਦੋਂ ਰਾਸਤੇ ਆਏ ਰਾਮਾ ਤੁਸੀਂ ਪਾਟ ਗਿਆ ਤੁਹਾਡੀ ਭਲੀ ਹੈ ਇੱਕ ਦੋ ਐਟਮ ਡਿੱਗ ਗਈ ਰਸਤੇ ਦੇ ਕਿਤੇ ਆ ਕੇ ਪਿੱਛੇ ਇਕੱਠਾ ਕਰਦੇ ਐਡਾ ਮੜਾ ਹਾਲ ਇਹਨਾਂ ਦਾ ਕੁਝ ਨਹੀਂ ਹਾਲ ਫਿਰ ਤੇ ਫਨ ਬਹੁਤ ਸੀਗਾ ਹਾਏ ਹਾਏ चलो कोई नहीं भाई हम डिनर करांगे तो सोवांगे तो सवेरे निकलांगे एलपी ली फिलहाल अज का दिन इतने क्लोज करते हैं क्योंकि अजक ज़्यादा है नहीं सी मीह करके कहीं जाया नहीं गया तो इन्होंने दिनों ना आए इतने तो चंगी गल है तो चैनल जरूर फॉलो कर लो मिलते हैं फिर कल नवा दिन नवा ब्लॉग लैके बई